ਜੋ ਤੁਸੀਂ ইমরান ਖਾਨ ਦੇ ਨਾਲ ਕੀਤੀ ਆ ਉਹ ਪਛਤਾਉਗੇ ইমরান ਖਾਨ ਨੇ ਆਪਣੇ ਅੰਦਰ ਗੱਠਸ ਰੱਖੇ ਸੀ ਉਹਨੇ ਜਿਹੜਾ ਆ 10 15 ਸਾਲ 20 ਸਾਲ ਪਹਿਲਾਂ ਵੀ ਕਹਿ ਦਿੱਤਾ ਸੀ ਵੀ ਅਸੀਂ ਸਾਡੀ ਜੇ ਹਕੂਮਤ ਆਈ ਅਸੀਂ ਗੁਲਾਮੀ ਨਹੀਂ ਕਰਾਂਗੇ ਕਿਸੇ ਮੁਲਕ ਦੀ ਤੇ ਉਹਨੇ ਫਿਰ ਜਿਹੜਾ ਆ ਅੱਜ ਵੀ ਆਖਿਆ ਕਿ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰਾਂਗੇ ਔਰ ਆਜ਼ਾਦੀ ਜਿਹੜੀ ਆ ਆਪਣੇ ਉਹਨੇ ਹੌਸਲਾ ਜਿਹੜਾ ਸ਼ੇਰਾਂ ਵਾਲੀ ਜਿਹੜੀ ਦਲੇਰਗੀ ਹੁੰਦੀ ਹੈ ਨਾ ਉਹ ਉਹਨੇ ਰੱਖੀ ਸੀ ਪਰ ਤੁਸੀਂ ਉਸ ਦੀ ਕਦਰ ਨਹੀਂ ਪਾਈ ਹੀਰੇ ਦੀ ਜਿਹੜੀ ਕਦਰ ਆ ਉਹ ਤਾਂ ਜੋਰੀ ਪਾਉਂਦਾ ਆ ਉਹਨੂੰ ਪਤਾ ਹੁੰਦਾ ਕਿ ਇਹਦੇ ਵਿੱਚ ਕਿੰਨੇ ਗੁਣੇ ਆ ਤੇ ਮੈਨੂੰ ਹਰਾਨੇ ਆ ਵੀ ਜਦੋਂ ਇਮਰਾਨ ਖਾਨ ਨੇ ਆਖਿਆ ਕਿ ਅਸੀਂ ਸਾਰੇ ਮੁਲਕਾਂ ਦੇ ਨਾਲ ਦੋਸਤੀ ਚਾਹੁੰਦੇ ਆ ਅਸੀਂ ਉਹਨਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲਿਆ ਆਣ ਗਵਾੜ ਜਿਹੜਾ ਆ ਉਹ ਚੰਗੇ ਜਿਹੜੇ ਜਨਰਲ ਰਿਲੇਸ਼ਨ ਬਣਾਉਂਦਾ ਸੀਗਾ ਮੋਦੀ ਵਾਂਗੂ ਉਹ ਨਹੀਂ ਵੀ ਪਾਕਿਸਤਾਨ ਨਾਲ ਵੀ ਨਹੀਂ ਬਣਦੀ ਚੀਨ ਨਾਲ ਵੀ ਨਹੀਂ ਬਣਦੀ ਨੇਪਾਲ ਨਾਲ ਵੀ ਜਿਹੜੇ ਆ ਯਾਰੀ ਤੋੜਦੀ ਸ਼੍ਰੀਲੰਕਾ ਨਾਲ ਵੀ ਤੋੜਦੀ ਮੈਂ ਮਾਰ ਨਾਲ ਵੀ ਤੋੜਦੀ ਹੈ ਪਟਾਨ ਨਾਲ ਵੀ ਤੋੜਦੀ ਕਿਸੇ ਨਾਲ ਬਣਾਈ ਨਹੀਂ ਤੇ ਇਮਰਾਨ ਖਾਨ ਤਾਂ ਸਾਰੇ ਨਾਲ ਹੱਥ ਮਿਲਾਉਂਦਾ ਸੀ ਤੁਸੀਂ ਫੇਰ ਜਿਹੜਾ ਉਹਨੂੰ ਚੱਕ ਕੇ ਮਾਰਿਆ ਗੱਲ ਸੁਣਿਓ ਸਦਾ ਪੈਸਾ ਨਹੀਂ ਹਰ ਇੱਕ ਚੀਜ਼ ਹੁੰਦੀ ਹੁਣ ਤੁਸੀਂ ਅਮਰੀਕਾ ਦੇ ਪੱਖ ਦੇ ਜਿਹੜੇ ਬੰਦੇ ਲਿਆਉਂਗੇ ਤੇ ਜਿਹੜਾ ਨਵਾਜ਼ ਸ਼ਰੀਫ ਹੋ ਗਿਆ ਤੇ ਜ਼ਰਦਾਰੀ ਹੋ ਗਿਆ ਇਹ ਬਾਲੇ ਸਿਆਣੇ ਨਹੀਂ ਹੈਗੇ ਠੀਕ ਆ ਇਹਨਾਂ ਨੇ ਮੁਲਕ ਹੁਣ ਤੱਕ ਜਿਹੜਾ ਆ ਲੁੱਟਿਆ ਤੇ ਕੁੱਟਿਆ ਆ ਤੇ ਤੁਹਾਨੂੰ ਜੋ ਇਹਨਾਂ ਮਾਰਿਆ ਤੇ ਜਿਹੜਾ ਇਹਨਾਂ ਦਹਿਸ਼ਤ ਕਰਦੀ ਤਾਂ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਵਿੱਚ ਸੀਗੀ ਉਹ ਹੁਣ ਜਿਹੜੀ ਆ ਉਹਨੂੰ ਇਹਨੇ ਠੱਲ ਪਾਉਂਦਾ ਸੀ ਪਰ ਮੇਰਾ ਦਿਲ ਜਿਆ ਟੁੱਟ ਗਿਆ Imran Khan ਬੰਦਾ ਮਾੜਾ ਨਹੀਂ ਸੀ ਮੈਂ ਕਿਸੇ ਦੇ ਖਿਲਾਫ ਨਹੀਂ ਹੈਗਾ ਮੈਨੂੰ ਪਰ ਮੇਰੀ ਸੋਚ ਇਹ ਆ ਕਿ ਪਾਕਿਸਤਾਨੀ ਭੈਣ ਭਰਾਓ ਤੁਸੀਂ ਚੰਗਾ ਨਹੀਂ ਕੀਤਾ Imran Khan ਦੇ ਨਾਲ ਉਹ ਬੰਦਾ ਬੜਾ ਵਧੀਆ ਸੀ ਉਹਦਾ ਦਿਲ ਵੀ ਚੰਗਾ ਸੀ ਤਾਂ ਤੁਸੀਂ ਜਿਹੜਾ ਆ ਉਹ ਉਹਨੂੰ ਉਹਦੀ ਜਿਹੜੀ ਗਵਰਨਮੈਂਟ ਆ ਉਹਨੂੰ ਥੱਲੇ ਸੁੱਟ ਦਿੱਤਾ ਮੇਰੇ ਖਿਆਲ ਦੇ ਵਿੱਚ ਬਹੁਤੀ ਸਿਆਣੀ ਗੱਲ ਨਹੀਂ ਹੈਗੀ ਤੇ ਲੰਮੇ ਤੁਸੀਂ ਚਲੋ ਉਹ ਤਾਂ ਪਤਾ ਲੱਗੂਗਾ ਗਾਂਧੀ ਗਾਂ ਪਰ ਫਿਲਹਾਲ ਜਿਹੜਾ ਆ ਮੈਨੂੰ ਇਹ ਮਹਿਸੂਸ ਹੁੰਦਾ ਆ ਕਿ ਤੁਸੀਂ ਜਿਹੜਾ ਆ ਉਸ ਬੰਦੇ ਨੇ ਤੁਹਾਨੂੰ ਵਰਲਡ ਕੱਪ ਲੈ ਕੇ ਦਿੱਤਾ ਸੀ ਪਹਿਲਾ ਤੇ ਹੁਣ ਤੱਕ ਤੱਕ ਆਖਰੀ ਜਿਹੜਾ ਆ ਉਦੋਂ ਬਾਅਦ ਤੁਸੀਂ ਕਦੀ ਲੈ ਨਹੀਂ ਸਕੇ ਉਸ ਬੰਦੇ ਨਾਲ ਜਿਹੜਾ ਆ ਵਫਾ ਤੁਸੀਂ ਨਹੀਂ ਕਮਾਈ ਉਹਨੇ ਇੱਕ ਵੇਖੋ ਮੁਲਖ ਨਾਲ ਕਿੰਨੀ ਵਫਾ ਕਮਾਈ ਫਿਰ ਤੁਹਾਨੂੰ ਜਿਹੜਾ ਆ ਕਰਤਾਰਪੁਰ ਸੱਲਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੋਲਿਆ ਉਹ ਸਾਡੇ ਨਾਲ ਦਿਲ ਜੋੜੇ ਤੇ ਮੁਲਖ ਨੂੰ ਵੀ ਉਹ ਚੰਗੇ ਰਾਹ ਤੇ ਲੈ ਕੇ ਜਾ ਰਿਹਾ ਸੀ ਪਰ ਤੁਸੀਂ ਕਦਰ ਉਹਦੀ ਜਿਹੜੀ ਆ ਭੋਰਾ ਵੀ ਨਹੀਂ ਪਾਈ ਤੁਹਾਡੀ ਮਰਜ਼ੀ ਆ ਪਰ ਇੰਜ ਨਾ ਕਰਿਆ ਕਰੋ ਵੀਰੋ ਇੰਜ ਨਾ ਕਰਿਆ